ਦਰਬਾਰ ਸਾਹਿਬ ਦੇ ਵਿੱਚ ਜਿੱਥੇ ਮਰਦ ਰਾਗੀ ਕੀਰਤਨ ਕਰਦੇ ਨੇ ਉੱਥੇ ਸਿੱਖ ਬੀਬੀ ਜਿਹੜੇ ਰਾਗੀਆਂ ਹੈਗੀ ਆ ਬੀਬੀਆਂ ਰਾਗੀ ਨੇ ਉਹਨਾਂ ਨੂੰ ਵੀ ਕੀਰਤਨ ਕਰਨ ਦੀ ਉੱਥੇ ਹੱਕ ਮਿਲਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦੀ ਰੋਹਾਨੀਅਤ ਨੂੰ ਪਹਿਚਾਣਨ ਵਾਲੀ ਸਭ ਤੋਂ ਪਹਿਲਾਂ ਬੀਬੀ ਸੀ ਭੈਣ ਨਾਨਕੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੁਝਾਅ ਥਾ ਕਿ ਕਿਰਤ ਕਰੋ ਵੰਡ ਛਕੋ ਉਦੋਂ ਪਹਿਲੇ ਉਲਟੇ ਸਾਰੇ ਬੰਦੇ ਅੱਜ ਜਿਹੜੇ ਸ਼ੋਮਣੀ ਕਮੇਟੀ ਦੇ ਮੈਂ ਬਰਾ ਆਪਣੇ ਕਾਰੋਬਾਰ ਵਿੱਚ ਰੁੱਝੇ ਹੋਏ ਆ ਉਹਨਾਂ ਨੂੰ ਸਿੱਖੀ ਬਾਰੇ ਇੰਨਾ ਪਤਾ ਹੀ ਨਹੀਂ ਹੈਗਾ ਜਦੋਂ ਬੀਬੀਆਂ ਹੋਰ ਗੁਰਦਿਆਂ ਦੇ ਕੀਰਤਨ ਕਰਦੀਆਂ ਸੁਖਮਨੀ ਸੁਸਾਇਟੀਆਂ ਬਣੀਆਂ ਸੁਖਨੀ ਸਾਹਿਬ ਦੇ ਪਾਠ ਕਰਦੀਆਂ ਬੀਬੀਆਂ ਬੀਬੀਆਂ ਦੇ ਢਾਡੀ ਜਥੇ ਬਣੇ ਬੇ ਆ ਤੇ ਦਰਬਾਰ ਦੀ ਕੀਰਤਨ ਕਰਨ ਦੀ ਬੀਬੀਆਂ ਨੂੰ ਕਿਉਂ ਰੋਕਦੇ ਆ ਲੋਕ ਇੱਕ ਬੀਬੀਆਂ ਨੂੰ ਜਨਾਬ ਸਾਹਿਬ ਕੀਤੇ ਜਾਂਦੇ ਜਦੋਂ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਇਹ ਪਵਿੱਤਰ ਬੋਲ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਇਸਤਰੀ ਦੇ ਸਨਮਾਨ ਦੇ ਵਿੱਚ ਕਹੇ ਗਏ ਨੇ ਪਰੰਤੂ ਬੜੇ ਦੁੱਖ ਦੀ ਗੱਲ ਹੈ ਜਿਹੜੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਔਰਤ ਨੂੰ ਇੰਨਾ ਸਨਮਾਨ ਦਿੱਤਾ ਗਿਆ ਅੱਜ ਉਸੇ ਧਰਮ ਦੇ ਵਿੱਚ ਔਰਤਾਂ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਹੈ ਇਸ ਨੂੰ ਲੈ ਕੇ ਇਨਸਾਫ ਪਸੰਦ ਜਥੇਬੰਦੀਆਂ ਪਿਛੇ ਧਰਨਾ ਦੇ ਰਹੇ ਨੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਔਰਤਾਂ ਨੂੰ ਜਿਹੜਾ ਹੱਕ ਹੱਕਦਵਾਨ ਦੇ ਲਈ ਗੱਲ ਕਰਦੇ ਇਹਨਾਂ ਦੇ ਨਾਲ ਕੀ ਗੱਲਬਾਤ ਹੈ ਸਾਰੀ ਚੱਲਦੇ ਇਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਔਰਤਾਂ ਨੂੰ ਸਨਮਾਨ ਦਿਵਾਨ ਦੇ ਲਈ ਅੱਜ ਇਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਭਾਵੇਂ ਕਿ ਇਹਨਾਂ ਦੀ ਗਿਣਤੀ ਘੱਟ ਹੈ ਪਰੰਤੂ ਇਹਨਾਂ ਦੀ ਸੋਚ ਜਿਹੜੀ ਬਹੁਤ ਵੱਡੀ ਹੈ ਔਰਤਾਂ ਦੇ ਜਿਹੜੀ ਹੈਗੀ ਸਨਮਾਨ ਦੇ ਨੂੰ ਲੈ ਕੇ ਬਹੁਤ ਵੱਡੀ ਸੋਚ ਹੈ ਗੱਲ ਕਰਦੇ ਇਹਨਾਂ ਨਾਲ ਸਸੀ ਕਾਲ ਜੀ ਕੀ ਨਾਮ ਹੈ ਜੀ ਆਪਣਾ ਰਣਜੀਤ ਸਿੰਘ ਆ ਜੀ ਰਣਜੀਤ ਸਿੰਘ ਜੀ ਅੱਜ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਦੇਖੋ ਵੜੀ ਚਿਰਾਂ ਤੋਂ ਮੰਗੇ ਲਟਕਦੀ ਆਉਂਦੀ ਆ ਕਿ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਮਰਦ ਰਾਗੀ ਕਾ ਕੀਰਤਨ ਕਰਦੇ ਨੇ ਉੱਥੇ ਸਿੱਖ ਬੀਬੀ ਜਿਹੜੇ ਰਾਗੀਆਂ ਹੈਗੀ ਆ ਬੀਬੀਆਂ ਰਾਗੀ ਨੇ ਉਹਨਾਂ ਨੂੰ ਵੀ ਕੀਰਤਨ ਕਰਨ ਦੀ ਉੱਥੇ ਹੱਕ ਮਿਲਣਾ ਚਾਹੀਦਾ ਤੇ ਪਰ ਸਾਡੀਆਂ ਕੁਝ ਜਿਹੜੀਆਂ ਪ੍ਰਾਤਨ ਇਹਨਾਂ ਨੇ ਮਰਿਆਦਾਵਾਂ ਦੇ ਨਾਂ ਤੇ ਸਿੱਖ ਸਿਧਾਂਤਾਂ ਦੇ ਸੁਨਹਿਰੀ ਸਿਧਾਂਤਾਂ ਦਾ ਘਾਣ ਕਰ ਰਹੇ ਆ ਕਿ ਬੀਬੀਆਂ ਨੂੰ ਆਜ਼ਾਦ ਉਥੇ ਦਿੱਤੀ ਨਹੀਂ ਜਾ ਰਹੀ ਪਿਛਲੇ ਦਿਨੀ ਸਰਕਾਰਾਂ ਵੱਲੋਂ ਵੀ ਇਹ ਗੱਲ ਚੱਕੀ ਗਈ ਸੀ ਪਰ ਕੁਝ ਅਖੌਤੀ ਲੋਕ ਜਿਹੜੇ ਆਪਣੇ ਆਪ ਨੂੰ ਸੰਤ ਸਮਾਜ ਕਹਿੰਦੇ ਆ ਉਹਨਾਂ ਵੱਲੋਂ ਵੀ ਇਹ ਬਕਾਇਤ ਕੀਤੀ ਗਈ ਆ ਕਿ ਸਿੱਖ ਬੀਬੀਆਂ ਨੂੰ ਉਥੇ ਕੀਰਤ ਕਰਨ ਦੀ ਆਜ਼ਾਦਤ ਨਹੀਂ ਮਿਲਣੀ ਚਾਹੀਦੀ ਸੋ ਅਸੀਂ ਉਸ ਸਾਜ਼ਲਾਣੇ ਦੇ ਖਿਲਾਫ ਅੱਜ ਇੱਥੇ ਇਕੱਠੇ ਹੋ ਕੇ ਜੋ ਕਰ ਰਹੇ ਆ ਕਿ ਉਹਨਾਂ ਸਾਧ ਲਾਣਿਆਂ ਨੂੰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਉਹਨਾਂ ਦੇ ਕੋਲ ਐਸੀ ਕਿਹੜੀ ਗੱਲ ਉਹਨਾਂ ਦੇ ਕੋਲ ਹੈ ਜਿਸ ਉਹ ਬੀਬੀਆਂ ਦੀ ਮਲੀਨਤਾ ਨੂੰ ਦੇਖਦੇ ਹੋਏ ਇਹ ਬਕਾਲਤ ਕਰ ਰਹੇ ਆ ਕਿ ਉਹਨਾਂ ਨੂੰ ਉੱਥੇ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਅਸੀਂ ਅੱਜ ਗੁਰਮਤ ਵਿਚਾਰ ਮੰਚ ਪੰਜਾਬ ਦੇ ਵੱਲੋਂ ਉਹਨਾਂ ਸਾਧ ਲਾਣੇ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਗੁਰੂ ਨਾਨਕ ਸਾਹਿਬ ਦੀ ਰੋਹਾਨੀਅਤ ਨੂੰ ਪਛਾਣਨ ਵਾਲੀ ਸਭ ਤੋਂ ਪਹਿਲਾਂ ਬੀਬੀ ਸੀ ਭੈਣ ਨਾਨਕੀ ਉਹ ਤੋਂ ਬਾਅਦ ਇੱਥੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਜਦੋਂ ਸਿੱਖਾਂ ਦੀਆਂ ਲਾਸ਼ਾਂ ਦਾ ਜੋ ਸੰਸਕਾਰ ਕੀਤਾ ਉਹ ਵੀ ਬੀਬੀ ਸੀ ਸ਼ਰਨ ਕੌਰ ਉਸ ਤੋਂ ਬਾਅਦ ਮਾਤਾ ਪਾਗੋ ਜਿਨ੍ਹਾਂ ਨੇ ਨੰਦਪੁਰ ਸਾਹਿਬ ਤੋਂ ਵਦਾਵਾ ਦੇ ਕੇ ਆਏ 40 ਸਿੰਘਾਂ ਨੂੰ ਝੰਡੋੜ ਕੇ ਮੁਰਮੁਗ ਸਰਦੀ ਧਰਤੀ ਦੇ ਉੱਤੇ ਜਾ ਕੇ ਉਹਨਾਂ ਨੂੰ ਟੁੱਟੀ ਗੰਢਾਈਆ ਗੁਰੂ ਗੋਵਿੰਦ ਸਿੰਘ ਜੀ ਤੋਂ ਇਸ ਸਾਰੇ ਗੱਲ ਪਿੱਛੇ ਜੋ ਮੁੱਖ ਰੋਲ ਸੀ ਉਹ ਮਾਤਾ ਭਾਗੋ ਦਾ ਸੀ ਅਸੀਂ ਸਾਧ ਲਾਣੇ ਨੂੰ ਇਹ ਗੱਲ ਪੁੱਛਣੀ ਚਾਹੁੰਦੇ ਆ ਕਿ ਜਦੋਂ ਸਿੱਖ ਬੀਬੀਆਂ ਮਰਦਾਂ ਤੋਂ ਵੀ ਸਿਖਰਲਾ ਕੰਮ ਕਰ ਸਕਦੀਆਂ ਸਿੱਖ ਇਤਿਹਾਸ ਦੇ ਵਿੱਚ ਫਿਰ ਕੀਰਤਨ ਕਰਨ ਤੋਂ ਇਹ ਰੋਕਣ ਵਾਸਤੇ ਐਡਾ ਬੜਾ ਪਾਪ ਕਰ ਰਹੇ ਆ ਇਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਅੱਜ ਅਸੀਂ ਮੰਚ ਵੱਲੋਂ ਸਾਧ ਲਾਣੇ ਨੂੰ ਵੀ ਇਹ ਗੱਲ ਕਹਿਣ ਨੂੰ ਤਿਆਰ ਆ ਕਿ ਜੇ ਉਹਨਾਂ ਨੂੰ ਸਿੱਖ ਬੀਬੀਆਂ ਤੋਂ ਜ਼ਿਆਦਾ ਅਲਰਜੀ ਆ ਉਹ ਆਪਣੇ ਡੇਰੇ ਜਾ ਕੇ ਮੰਗਲ ਗ੍ਰਹਿ ਤੇ ਪਾ ਲੈਣ ਇਸ ਕਰਕੇ ਅਸੀਂ ਇਹ ਬਰਦਾਸ਼ਤ ਨਹੀਂ ਕਰੂंगे ਕਿ ਸਾਡੀਆਂ ਭੈਣਾਂ ਮਤਾਵਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾਵੇ ਕਿ ਉਹ ਪਵਿੱਤਰ ਨਹੀਂ ਹੈਗੀਆਂ ਇਸ ਕਰਕੇ ਉਹ ਉੱਤੇ ਕੀਰਤਨ ਨਹੀਂ ਕਰ ਸਕਦੀਆਂ ਅ ਰਜੀਤ ਸਿੰਘ ਜੀ 12 ਤਰੀਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਹਰਸੋ ਉਲਾਸ ਦੇ ਨਾਲ ਮਨਾਇਆ ਗਿਆ ਕਰਤਾਰਪੁਰ ਲਾਂਘਾ ਵੀ ਖੁੱਲਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਿਹੜਾ ਹੈਗਾ ਔਰਤ ਨੂੰ ਬੜਾ ਸਨਮਾਨ ਦਰਜਾ ਦਿੱਤਾ ਗਿਆ ਮਤਲਬ ਸੋਚ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ ਜਦੋਂ ਗੁਰੂ ਨਾਨਕ ਦੇਵ ਜੀ ਨੇ ਇੰਨਾ ਸਨਮਾਨ ਦੇ ਦਿੱਤਾ ਫਿਰ ਇਹ ਕੌਣ ਲੋਕ ਜਿਹੜੇ ਬੰਦੇ ਜਿਹੜੇ ਹੈਗੇ ਔਰਤਾਂ ਨੂੰ ਜਿਹੜਾ ਇਸ ਤਰ੍ਹਾਂ ਰੋਕਦੇ ਆ ਜਾਂ ਇਹ ਇਹ ਬਾਣੀ ਨਹੀਂ ਮੰਨਦੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਹੈਗੀ ਉਹਨਾਂ ਤੇ ਚੱਲਦੇ ਨਹੀਂ ਹੈਗੇ ਜੇ ਕੋਈ ਇਹ ਸਾਧ ਜਾਨੇ ਦਾ ਜਿਹੜਾ ਬੇਸਿਕ ਆ ਉਹੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿਧਾਂਤ ਹੈ ਕਿ ਕਿਰਤ ਕਰੋ ਵੰਡ ਛਕੋ ਉਦੋਂ ਪਹਿਲੇ ਹੀ ਉਲਟੇ ਸਾਰੇ ਬੰਦੇ ਇਹਨਾਂ ਨੂੰ ਤਾਂ ਹੱਕੇ ਨਹੀਂ ਬਣਦਾ ਹੈਗਾ ਜਦੋਂ ਗੁਰੂ ਨਾਨਕ ਸਾਹਿਬ ਨੇ ਸੋ ਕਿਉ ਮੰਨਦਾ ਆਖੀ ਅਜੀਤ ਜਮੇ ਰਾਜਾਨ ਜਦੋਂ ਕਿ ਔਰਤ ਨੂੰ ਮਰਦ ਤੋਂ ਵੀ ਉੱਚੀ ਉਹਨਾਂ ਨੇ ਇੱਕ ਆਦਰ ਦਿੱਤਾ ਹੈਗਾ ਫਿਰ ਇਹ ਤਾਂ ਗੁਰੂ ਸਾਹਿਬ ਦੇ ਜੋ ਬਚਨਾਂ ਉਹਨਾਂ ਤੋਂ ਵੀ ਪਾਸੇ ਹਟ ਰਹੀ ਹੈ ਗੱਲ ਕਹਿ ਕੇ ਤੇ ਬੜਾ ਭਾਰੀ ਹੈ ਮੈਂ ਕਹਿੰਦਾ ਪਾਪ ਕਰ ਰਹੇ ਇਹ ਗੱਲ ਕਹਿ ਕੇ ਕਿੰਨੇ ਕਿਤੇ ਗੁਰਬਾਣੀ ਦਾ ਨਰਾਦਰ ਨਹੀਂ ਹੋ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਸਿੱਖਿਆਵਾਂ ਦਿੱਤੀਆਂ ਸੀ ਨਹੀਂ ਨਹੀਂ ਇਹ ਸਾਥ ਲੈਣਾ 100% ਦੀ ਨਰਾਦਰ ਕਰ ਰਹੇ ਹੈ ਗੁਰੂ ਸਾਹਿਬ ਦੀ ਬਾਣੀ ਦਾ ਇਹ ਉਹ ਤੇ ਚੱਲਣ ਦੀ ਬਜਾਏ ਇਹ ਨਦਰ ਕਰ ਰਿਹਾ ਹੈ ਜਦ ਕਿ ਇਹਨਾਂ ਨੂੰ ਚਾਹੀਦਾ ਸੀ ਕਿ ਇਹ ਸਮਾਜਿਕ ਬਰਾਈਆਂ ਦੇ ਖਿਲਾਫ ਝੰਡਾ ਚੱਕਦੇ ਆਵਾਜ਼ ਚੱਕਦੇ ਪਰ ਮੈਂ ਹੈਰਾਨ ਹਾਂ ਕਿ ਇਹ ਜ਼ਾਲਿਮਾਂ ਦੇ ਨਾਲ ਰਹਿ ਕੇ ਉਹਨਾਂ ਦੀ ਬਖਾਲਤ ਕਰ ਰਹੇ ਆ ਸਾਰੇ ਮੁੱਦਿਆਂ ਤੇ ਹਾਂਜੀ ਕੀ ਨਾਮ ਆ ਬਜੁਰਗੋ ਆਪਣਾ ਜੀ ਨਿਰਮਲ ਸਿੰਘ ਲੌਰੀ ਮੈਰਾ ਨਿਰਮਲ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਅੱਜ ਜਿਹੜਾ ਹੈਗਾ ਪੂਰੇ ਦੇਸ਼ ਦੇ ਵਿੱਚ ਸਰਕਾਰਾਂ ਵੀ ਕਹਿੰਦੀਆਂ ਔਰਤ ਜਿਹੜੀ ਹੈਗੀ ਇੱਕ ਬਰਾਬਰ ਆ ਇੱਕ ਸਮਾਨ ਆ ਬੜੀ ਗੱਲਾਂ ਕੀਤੀ ਜਾਂਦੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਿਹੜਾ ਹੈ ਔਰਤ ਨੂੰ ਇੱਕ ਵੱਡਾ ਦਰਜਾ ਦਿੱਤਾ ਗਿਆ ਜਿਹੜਾ ਹੈਗਾ ਉਸ ਦੇ ਬਾਵਜੂਦ ਜਿਹੜਾ ਹੈਗਾ ਸਾਡੇ ਸਿੱਖ ਧਰਮ ਦੇ ਵਿੱਚ ਕਿਸੇ ਹੋਰ ਧਰਮ ਦੇ ਵਿੱਚ ਹੁੰਦਾ ਤਾਂ ਚਲੋ ਗੱਲ ਵੱਖਰੀ ਸੀ ਸਿੱਖ ਧਰਮ ਜਿਹੜਾ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਜਿਹੜੀ ਹੈਗੀ ਗੱਲ ਕੀਤੀ ਜਾਂਦੀ ਸਿੱਖ ਧਰਮ ਦੇ ਵਿੱਚ ਜਿਹੜਾ ਔਰਤ ਨੂੰ ਸਨਮਾਨ ਦੇਣ ਦੇ ਵਿੱਚ ਕਿਉਂ ਇੱਥੇ ਜਿਹੜੀ ਹੈਗੀ ਆ ਪੱਖਪਾਤ ਕੀਤਾ ਜਾ ਰਿਹਾ ਇਹ ਬਹੁਤ ਹੀ ਬੇਸਮਝੀ ਵਾਲੀ ਗੱਲ ਆ ਕਿਉਂਕਿ ਔਰਤ ਦਾ ਨਰਾਦਰ ਕਰਨਾ ਸਿੱਖ ਸਮਾਜ ਦੇ ਵਿੱਚ ਕਿਸੇ ਵੀ ਜਾਤਵਾਦੀ ਦਾ ਨਰਾਦਰ ਕਰਨਾ ਇਹ ਸ਼ੋਭਦਾਨੀ ਹੈਗਾ ਗੁਰੂ ਸਾਹਿਬ ਨੇ ਇਹ ਪਰੰਪਰਾ ਤੋੜਨ ਲਈ ਜਿੱਥੇ ਜਾਨੀ ਨੂੰ ਹੋਰ ਧਰਮਾਂ 'ਚ ਭੰਡਿਆ ਗਿਆ ਗੁਰੂ ਸਾਹਿਬ ਨੇ ਸਤਿਕਾਰ ਦਿੱਤਾ ਅਤੇ ਉਹਨੂੰ ਸਤਵੰਤੀ ਲਾਜਵੰਤੀ ਹੋਰ ਬੜਾ ਕੁਝ ਉਹਨੂੰ ਸਤਿਕਾਰ ਦੇ ਕੇ ਕਿਹਾ ਅਤੇ ਉਹਨਾਂ ਨੇ ਗੁਰੂ ਸਾਹਿਬ ਨੇ ਲੰਗਰਾਂ 'ਚ ਮਾਈ ਖੀਵੀ ਸੇਵਾ ਕਰਦੀ ਰਹੀ ਆ ਹੋਰ ਜਿਹੜੇ ਬਹੁਤ ਕੁਝ ਕਰਿਆ ਮੈਂ ਸਮਝਦਾ ਸਾਡੇ ਵਾਸਤੇ ਦੁਨੀਆ ਦੇ ਵਿੱਚ ਅਸੀਂ ਮੂੰਹ ਦਿਖਾਉਣ ਜੋਗੇ ਨਹੀਂ ਹੈਗੇ ਇਹ ਇੱਕ ਬਹੁਤ ਵੱਡਾ ਕਲੰਕਾ ਸਾਡੇ ਉੱਤੇ ਕਿ ਬੀਬੀਆਂ ਨੂੰ ਰੋਕਿਆ ਜਾ ਰਿਹਾ ਅੱਜ ਬੀਬੀਆਂ ਨੂੰ ਚਾਹੀਦਾ ਹੈ ਉਹ 50 ਹਜ਼ਾਰ ਦੇ ਲਗਭਗ ਬੀਬੀਆਂ ਨਾਲ ਸੁਖਣੀ ਸਾਹਿਬ ਸੁਸਾਇਟੀਆਂ ਬਣਾਈਆਂ ਵੀਆਂ ਪਰ ਉਹ ਪਤਾ ਨਹੀਂ ਕਿੱਦਾਂ ਆਪਣੀ ਜ਼ਮੀਰ ਮਾਰ ਕੇ ਐਨੀ ਬੇਇੱਜ਼ਤੀ ਕਰਾ ਰਹੀਆਂ ਪਰ ਅਸੀਂ ਇਹ ਚੀਜ਼ ਨੂੰ ਬਰਕਰਾਰ ਰੱਖਾਂਗੇ ਕਿ ਇਹ ਚੀਜ਼ ਨੂੰ ਮਰਨ ਦੇਵਾਂਗੇ ਅਸੀਂ ਬੀਬੀਆਂ ਨੂੰ ਜੋ ਜ਼ੁਲਮ ਹੁੰਦਾ ਧੱਕੇਸ਼ਾਹੀ ਹੋ ਰਹੀ ਆ ਮੈਂ ਕਹਿੰਦਾ ਗੁਰੂ ਨਾਨਕ ਨਾਨਕ ਧੱਕੇਸ਼ਾਹੀ ਹੋ ਰਹੀ ਆ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਦੇ ਅਰੇ ਆਵਾਜ਼ ਨੂੰ ਅਸੀਂ ਜਾਰੀ ਰੱਖਾਂਗੇ ਅੱਛੇ ਸਿੱਖਾਂ ਦੀ ਸੰਸਥਾ ਵਿੱਚ ਸਰਵਉੱਚ ਅਦਾਲਤ ਜਿਹੜੀ ਹੈਗੀ ਆ ਕਾਲ ਤਾਕਤ ਦਾ ਜਥੇਦਾਰ ਜਿਹੜੇ ਹੈਗੇ ਆ ਸਾਡੇ ਸਿੱਖਾਂ ਦੇ ਜਿਹੜੇ ਹੈਗੇ ਮਾਮਲਿਆਂ ਦੇ ਵਿੱਚ ਵੱਡੇ ਫੈਸਲੇ ਲੈਂਦੇ ਆ ਕਿ ਉਹਨਾਂ ਤੱਕ ਕਦੀ ਪਹੁੰਚ ਕੀਤੀ ਇਸ ਮਾਮਲੇ ਲੈ ਕੇ ਲਿਖਤੀ ਪੱਤਰ ਲਿਖਿਆ ਕਿ ਜਿਹੜੇ ਉਹਨਾਂ ਨੂੰ ਹੱਕ ਦਿੱਤਾ ਜਾਵੇ ਔਰਤਾਂ ਇਤਾਂ ਬੜੇ ਲੰਬੇ ਸਮੇਂ ਤੋਂ ਆਮ ਉਥੇ ਕਈ ਵਾਰ ਬੀਬੀਆਂ ਕੀਰਤਨ ਕਰਨ ਵੀ ਗਈਆਂ ਪਰ ਉਹ ਲਾਣਾ ਇੰਨਾ ਉਹਾ ਕਿ ਉਹ ਆਪਣੀ ਮਨਮਰਜ਼ੀ ਕਰ ਰਿਹਾ ਕਿਉਂਕਿ ਜ세ਦਾਰ ਵੀ ਸ਼ੋਮਣੀ ਕਮੇਟੀ ਨੌਕਰੀ ਕਰਦੇ ਆ ਅਤੇ ਜਿਹੜੇ ਸ਼ੋਮਣੀ ਕਮੇਟੀ ਦੇ ਮੈਂਬਰ ਆ ਉਹ ਆਪਣੇ ਕਾਰੋਬਾਰ ਵਿੱਚ ਰੁੱਝੇ ਹੋਏ ਆ ਉਹਨਾਂ ਨੂੰ ਸਿੱਖੀ ਬਾਰੇ ਇੰਨਾ ਪਤਾ ਨਹੀਂ ਹੈਗਾ ਕਿ ਸਿੱਖ ਧਰਮ ਦੀ ਕਿੰਨੀ ਬਲੱਖਣਤਾ ਹੈ ਕਿੰਨੀ ਵਡਿਆਈ ਆ ਉਹਦਾ ਸਿੱਖ ਧਰਮ ਦਾ ਸਾਰੇ ਲੋਕ ਇਕੱਠੇ ਹੋ ਗਏ ਕਿ ਕਲੰਕ ਲਵਾ ਰਹੇ ਆ ਜਿਹੜਾ ਕਲਾंका ਸਿਆਸੀ ਕਈ ਟੋਟਨ ਜਣਾਏਗਾ ਕਦੋਂ ਤੱਕ ਜਿਹੜੀ ਹੈਗੀ ਇਹ ਤੁਸੀਂ ਲੜਾਈ ਜਾਰੀ ਰੱਖੋਗੇ ਕਿ ਅੱਜ ਤੁਸੀਂ ਲੜਾਈ ਜਿੰਨਾ ਬੀਬੀਆਂ ਦੇ ਲਈ ਲੜਨ ਜਾ ਰਹੇ ਹੋ ਤੁਹਾਡੇ ਨਾਲ ਕੋਈ ਬੀਬੀਆਂ ਸ਼ਾਮਿਲ ਨਹੀਂ ਹੋਈਆਂ ਕੀ ਅੱਗੇ ਜਿਹੜੇ ਸੰਘਰਸ਼ ਕੀਤੇ ਜਾਣਗੇ ਔਰਤਾਂ ਨੂੰ ਵੀ ਨਾਲ ਲਿਆ ਜਾਵੇਗਾ ਅਸੀਂ ਕੋਸ਼ਿਸ਼ ਕਰ ਰਹੇ ਆ ਹੁਣ ਵੀ ਕੋਸ਼ਿਸ਼ ਕੀਤੀ ਪਰ ਬੀਬੀਆਂ ਜਿਹੜੀਆਂ ਉਹ ਬੜੀਆਂ ਡਰਕਲ ਹੋ ਗਈਆਂ ਇਹਨਾਂ ਤੋਂ ਡਰਦੀਆਂ ਆ ਕਿ ਸਾਨੂੰ ਇਹ ਟੰਕਾਂਗੇ ਅਸੀਂ ਆਨਲਾਈਨ ਸਮੇਂ 'ਚ ਇਹ ਆਵਾਜ਼ ਨੂੰ ਅਸੀਂ ਮਰਨ ਦੇਵਾਂਗੇ ਜਾਂ ਤੇ ਜਿਉਂਦੇ ਆ ਅਸੀਂ ਇਹ ਮਹੀਨੇ 15 ਦਿਨ ਬਾਅਦ ਹੋਰ ਆਪਣਾ ਵੱਡੀ ਪਹੁੰਚ ਕਰਕੇ ਇਹਨੂੰ ਵੱਡਾ ਜ਼ਾਇਦਾ ਕਰਾਂਗੇ ਅਤੇ ਧੱਕੇਸ਼ਾਹੀ ਜਲੂਨ ਨੂੰ ਜਿਹੜਾ ਸਿੱਖਤੰਬ ਕਲੰਕਾ ਅਸੀਂ ਨੂੰ ਮਿਟਾ ਕੇ ਦਮ ਲਾਵਾਂਗੇ ਸਾਡੇ ਦੇਸ਼ ਦੇ ਵਿੱਚ ਔਰਤਾਂ ਲਈ ਵੱਡੇ ਕਾਨੂੰਨ ਬਣੇ ਨੇ ਕਿਤਨੇ ਕਿਤੇ ਪੱਖਫਾਤ ਹੋ ਰਿਹਾ ਔਰਤਾਂ ਦੇ ਨਾਲ ਕੀ ਕਾਨੂੰਨੀ ਲੜਾਈ ਵੀ ਤੁਸੀਂ ਲੜੋਗੇ ਜਾ ਕੇ ਅਦਾਲਤਾਂ ਦੇ ਵਿੱਚ ਕੋਰਟ ਸੁਪਰੀਮ ਕੋਰਟ ਆ ਜਿਹੜਾ ਹੈਗਾ ਸਭ ਤੋਂ ਵੱਡੀ ਹਾਂ ਇਹ ਵੀ ਹੋ ਸਕਦਾ ਹੈ ਕਿ ਅਸੀਂ ਚਾਰ ਚੁਫੇਰੀ ਨੂੰ ਘੇਰੀਏ ਕਾਨੂੰਨ ਦਾ ਪੱਖ ਵੀ ਅਸੀਂ ਲੈਣ ਲਈ ਸਾਡੇ ਵਾਸਤੇ ਰੱਬ ਅਧਰਾ ਕੀ ਨਾਮ ਹੈ ਆਪਣਾ ਅਵਤਾਰ ਸਿੰਘ ਲਾਹੌਰੀ ਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਮਾਮਲੇ ਨੂੰ ਲੈ ਕੇ ਜਿਹੜੇ ਔਰਤਾਂ ਨੂੰ ਸਨਮਾਨ ਨਹੀਂ ਦਿੱਤਾ ਜਾ ਰਿਹਾ ਸਿੱਖ ਧਰਮ ਦੇ ਵਿੱਚ ਦੇਖੋ ਗੁਰੂ ਨਾਨਕ ਸਾਹਿਬ ਨੇ ਔਰਤਾਂ ਨੂੰ ਬਹੁਤ ਬੁੜਾਈ ਦਿੱਤੀ ਹੈ ਬਹੁਤ ਮੰਨਦੇਗਾ ਜਿਤ ਜੰਮੇ ਰਾਜਾਨ ਜਾਂ ਰਾਜੇ ਮਹਾਰਾਜਾਂ ਨੂੰ ਜਨਮ ਦਿਨ ਵਾਰੀ ਯੋਲਤਾ ਅਜੋਏ ਲੋਕ ਜਿਹੜੇ ਉਹਦੀ ਵਿਰੋਧਤਾ ਕਰ ਰਹੇ ਆ ਕਿ ਦਰਬਾਰ ਦੇ ਕੀਰਤਨ ਨਹੀਂ ਕਰਨਗੇ ਬਿਲਕੁਲ ਗਲਤ ਹੈ ਦੀ ਸਖ ਵਿਰੋਧ ਕਰਦੇ ਦਾ ਕਿਉਂਕਿ ਪੰਜਾਬ ਸਰਕਾਰ ਨੇ ਮਜ਼ਾ ਪਾਸ ਕੀਤਾ ਕਿ ਬੀਬੀਆਂ ਨੂੰ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਦੀ ਜਾਤ ਹੋਣੀ ਚਾਹੀਦੀ ਹੈ ਜਦੋਂ ਬੀਬੀਆਂ ਹੋਰ ਗੁਰਦਾਂ ਦੇ ਕੀਰਤਨ ਕਰਦੀਆਂ ਸੁਖਮਨੀ ਸੁਸਾਇਟੀਆਂ ਬਣੀਆਂ ਸੁਖਨੀ ਸਾਹਿਬ ਦੇ ਪਾਠ ਕਰਦੀਆਂ ਬੀਬੀਆਂ ਬੀਬੀਆਂ ਦੇ ਢਾਡੀ ਜਥੇ ਬਣੇ ਬੇ ਆ ਤੇ ਦਰਬਾਰ ਦੀ ਕੀਰਤਨ ਕਰਨ ਦੀ ਬੀਬੀਆਂ ਨੂੰ ਕਿਉਂ ਰੋਕਦੇ ਆ ਲੋਕ ਇਹ ਲੋਕਾਂ ਦਾ ਵੀ ਕਿਸੇ ਜਨਾਨੀ ਤੋਂ ਜਨਮ ਲਿਆ ਜੇ ਲੋਕ ਲੋਕ ਰਹੇ ਆ ਇਹ ਵੀ ਜਨਾਨੀ ਦੇ ਗਰਭ ਤੋਂ ਪੈਦਾ ਹੋਏ ਕਿਹੜਾ ਉਪਰੋਂ ਗਿਰ ਗਏ ਆ ਜਿਹੜੇ ਜਨਾਨਾਂ ਦੇ ਵਿਰੋਧ ਕਰ ਰਹੇ ਆ ਅਸੀਂ ਇਹਦੇ ਬਹੁਤ ਖਿਲਾਫ ਹੈ ਕਿਉਂਕਿ ਪੰਚਾਇਤ ਤੋਂ ਲੈ ਕੇ ਬਲੌਗ ਸੰਮਤੀਆ ਜ਼ਿਲ੍ਹਾ ਪ੍ਰਿੰੇਰ ਸਾਹਿਬ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਆ ਔਰ 50% ਔਰਤਾਂ ਦੇ ਰਿਜ਼ਰਵੇਸ਼ਨ ਐ ਨਾ ਅਧਾਰਿਆਂ ਦੇ ਵਿੱਚ ਤੇ ਫਿਰ ਇੱਥੇ ਕਿਉਂ ਰੋਕ ਰਹੇ ਆ ਮੈਨੂੰ ਸਮਝ ਨਹੀਂ ਐ ਐਮ ਐਲ ਏ ਜਾਂ ਬੀਬੀਆਂ ਜੱਜ ਕੋਰਟਾਂ ਦੇ ਜੱਜ ਲੱਗੀਆਂ ਬੀਬੀਆਂ ਵਕੀਲ ਐ ਬੀਬੀਆਂ ਬੜੇ ਬੜੇ ਹੋਰ ਅਹੁਦੇ ਦੇ ਬੀਬੀਆਂ ਕੰਮ ਕਰ ਰਹੀਆਂ ਯੂਨੀਵਰਸਿਟੀਾਂ ਦੇ ਤਕੜੀਆਂ ਪੋਚਤਾਂ ਬੀਬੀਆਂ ਲੱਗੀਆਂ ਆ ਫਿਰ ਇੱਥੇ ਇਹਨਾਂ ਨੂੰ ਕਾਨੂੰਨ ਕਿਉਂ ਨਹੀਂ ਅਤਰਾਜ ਹੋਣਾ ਚਾਹੀਦਾ ਇਹ ਲੋਕ ਬਿਲਕੁਲ ਗਲਤ ਆ ਕਿਉਂਕਿ ਇਹਨਾਂ ਲੋਕਾਂ ਨੇ ਇਸੇ ਤਰ੍ਹਾਂ ਹੀ ਪਹਿਲਾਂ ਇੱਕ ਬਹੁਤ ਬੜਕ ਰਹਿਤ ਕੀਤੀ ਜਈ ਨਾਨਕ ਚਾਈ ਕਲੰਡਰ ਜਾਰੀ ਕੀਤਾ ਸੀ ਉਹਦਾ ਵੀ ਵਿਰੋਧ ਕੀਤਾ ਇਹਨਾਂ ਲੋਕਾਂ ਦਾ ਇਹ ਲੋਕ ਇਹ ਲੋਕ ਅਮਨੀ ਚਲਾਉਣ ਲੱਗੇ ਕਿ ਇਹ ਸਿੱਖੋ ਸਿੱਖ ਪਰੰਪਰਾਂ ਲਾਗੂ ਕਰਨਗੇ ਜੋ ਇਹ ਕਹਿਣਗੇ ਜਦ ਤੱਕ ਆਪ ਸਿੱਖੀ ਪਰਪੰਦੇ ਉਲਟ ਚੱਲਦੇ ਕੀ ਲੱਗਦਾ ਤੁਹਾਨੂੰ ਜਿਹੜਾ ਹੈਗਾ ਅੱਜ ਸਿੱਖ ਕੌਮ ਤੇ ਡੇਰਾਬਾਦ ਝਾਰੂ ਪੈ ਰਿਆ ਬਿਲਕੁਲ ਡੇਰਾਬਾਦ ਝਾਰੂ ਹੈ ਸਾਡੇ ਸਿੱਖ ਵੀ ਬੀਬੀਆਂ ਘਾਦਰ ਕੇ ਜਾਂਦੀਆਂ ਬਹੁਤ ਆ ਪਰ ਉਹਨਾਂ ਨੂੰ ਥੋੜਾ ਜਿਹਾ ਸਾਡੀ ਜਿਹੜੀ ਸ਼੍ਰੋਮਣੀ ਗੁਰਦਵਾਰ ਪੰਥ ਕਮੇਟੀ ਹੈ ਉਹ ਚੰਗੀ ਤਰ੍ਹਾਂ ਜਾਗਰੂਪ ਨਹੀਂ ਕਰ ਸਕੀ ਉਹਦੇ ਜਿਹੜੇ ਰੋਮ ਕਮੇਟੀ ਦੇ ਮੈਂਬਰ ਆ ਉਹ ਇੱਕ ਵਾਰੀ ਇਲੈਕਸ਼ਨ ਲੜਦੇ ਮੁਰਕੇ ਭੁੱਲ ਜਾਂਦੇ ਪਿੰਡ ਦੇ ਗੁਰਦੁਆਰੇ ਚ ਜਾ ਕੇ ਰਾਜੀ ਨਹੀਂ ਹੈਗੇ ਤਾਂ ਕਿ ਬੀਬੀਆਂ ਚੰਗੀ ਸਿਹਤ ਦੇਣ ਏਦਾਂ ਵੀ ਨੰਮਕ ਲਾਗੋ ਕਿਉਂਕਿ ਡੇਰਾਵਾਲੇ ਆਪਣੇ ਡੇਲੇ ਚਲਾ ਰਹੇ ਆ ਆਪਣੇ ਇਹਨਾਂ ਨੂੰ ਸਿੱਖੀ ਨਾਲ ਕੋਈ ਵਾਸਤਾ ਨਹੀਂ ਆ ਸੋ ਸੁਣਿਆ ਗੁਰਮਤ ਵਿਚਾਰ ਮੰਚ ਵੱਲੋਂ ਜਿਹੜੀ ਹੈਗੀ ਲਗਾਤਾਰ ਔਰਤਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਔਰਤਾਂ ਨੂੰ ਜਿਹੜਾ ਹੈਗਾ ਕਿਰੀ ਹਰਮੰਦਰ ਸਾਹਿਬ ਦੇ ਵਿੱਚ ਕੀਰਤਨ ਕਰਨ ਨਹੀਂ ਦਿੱਤਾ ਜਾਂਦਾ ਤੇ ਉਹਨੂੰ ਜਿਹੜਾ ਹੈਗਾ ਕੀਰਤਨ ਦੀ ਇਜਾਜ਼ਤ ਦੁਆਨ ਵਾਸਤੇ ਜਿਹੜੇ ਹੈਗੇ ਆ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਆਗੂ ਨੇ ਦੱਸਿਆ ਕਿ ਕਿਤਨੇ ਕਿਤੇ ਸ਼ਿਰੋਮਣੀ ਕਮੇਟੀ ਜਿਹੜੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਅਸਫਲ ਰਹੀ ਹੈ ਜੋ ਔਰਤਾਂ ਨੂੰ ਸਨਮਾਨ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਸਾਡੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਇਸ ਗੱਲ ਤੇ ਸੋਚਣਾ ਚਾਹੀਦਾ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਔਰਤ ਨੂੰ ਦਰਜਾ ਦਿੱਤਾ ਗਿਆ ਹੈ ਮਹਾਨ ਜਿਹੜਾ ਹੈਗਾ ਇੱਕ ਉਸ ਤੇ ਉੱਤੇ ਜਿਹੜਾ ਹੈਗਾ ਚੱਲਣਾ ਚਾਹੀਦਾ ਉਸ ਫਲਸਫੇ ਤੇ ਉੱਤੇ ਤੇ ਔਰਤਾਂ ਨੂੰ ਸਨਮਾਨ ਜਿਹੜਾ ਹੈਗਾ ਮਿਲਣਾ ਚਾਹੀਦਾ ਇਸ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਦੇਖਣਾ ਚਾਹੀਦਾ ਰੂਪਨਗਰ ਤੋਂ ਕੈਮਰਾਮੈਨ ਹਨੀ ਦੇ ਨਾਲ ਸੱਜਨ ਸੈਣੀ ਪੰਜਾਬੀ ਲੋਕ ਚੈਨਲ